ਮੈਂ ਚੰਡੀਗੜ੍ਹ ਦੇ ਸੈਕਟਰ 51 ਜੇਕਰ ਘਰ ਚ ਮੌਜੂਦ ਹਾਂ ਔਰ ਇਹ ਘਰ ਬਿਹਤ ਖਾਸ ਹੈ ਇਹ ਘਰ ਹੈ ਦੋ ਇੰਟਰਨੈਸ਼ਨਲ ਸ਼ੂਟਰਸ ਦਾ ਜੀ ਹਾਂ ਜੁੜਵਾਪਰਾ ਔਰ ਪਹਿਲੇ ਇੱਕ ਮੈਂ ਤੁਹਾਨੂੰ ਵਰਡਿੰਗ ਦਿਖਾ ਲਾਂ ਸ਼ੂਟਿੰਗ ਇਜ਼ ਮਾਈ ਪੈਸ਼ਨ ਔਰ ਵਾਕਿਆ ਜਿਸ ਦਾ ਅਰਜੰਟਨਲ ਸ਼ੂਟਰ ਹੋਣ ਔਰ ਖਾਸਕਰ ਉਹ ਸ਼ੂਟਰ ਜਿਹੜੇ 올림픽 ਚ ਮੈਡਲ ਦਿਖੋਪ ਹੋਣ ਤਾਂ ਇਹ ਜੀ ਵਰਡਿੰਗ ਬਣਦੀ ਵੀ ਹੈ ਮੈਂ ਗੱਲ ਕਰ ਰਿਹਾ ਪੈਰਿਸ 올림픽 ਵਿੱਚ ਭਾਰਤ ਦੀ ਪਦਕ ਦੀ ਉਮੀਦ ਪੇਸ਼ ਕਰਨ ਪਹੁੰਚ ਚੁਕੇ ਨੇ ਚੰਡੀਗੜ੍ਹ ਦੇ ਸ਼ੂਟਰ ਵੈਸੇ ਰਹਿਣ ਵਾਲੇ ਮਾਨਸਾ ਦੇ ਨੇ ਲੇਕਿਨ ਛੋਟੀ ਉਮਰ ਚ ਕਾਮਯਾਬੀ ਵੱਡੀ ਹੈ। ਵਿੱਚ ਫੋ ਮੈਸਮ ਹੈ ਸੈਕਟਰ 51 ਚੰਡੀਗੜ੍ਹ ਇੱਕ ਘਰ ਚ ਮੌਜੂਦ ਹਰੇ ਕਰਬੇਦ ਖਾਸ ਹੈ। ਖਾਸ ਇਸ ਲਈ ਕਿ ਇਹ ਘਰ ਹੈ ਇੰਟਰਨੈਸ਼ਨਲ ਸ਼ੂਟਰਸ ਦਾ। ਔਰ ਖਾਸ ਕਰ ਉਹ ਸ਼ੂਟਰ ਜਿਹੜੇ ਪੈਰਾਓਲੰਪਿਕ ਵਿੱਚ ਭਾਰਤ ਦੇ ਮੈਡਲ ਦੀ ਉਮੀਦ ਨੇ। ਜੀ ਹਾਂ। ਵਿਜੇਵੀਰ ਸਿੰਘ ਸਿੰਧੂ ਪੈਰਾਓਲੰਪਿਕ ਵਿੱਚ ਭਾਰਤੀ ਸ਼ੂਟਿੰਗ ਟੀਮ ਦਾ ਹਿੱਸਾ ਨੇ। ਉਹਨਾਂ ਦੇ ਘਰ ਸੀ ਮੌਜੂਦ ਆ ਔਰ ਇੱਕ ਵਰਡ ਜਿਹੜਾ ਲਿਖਿਆ ਹੋਆ ਉਹਨਾਂ ਦੇ ਘਰ ਸ਼ੂਟਿੰਗ ਇਜ਼ ਮਾਈ ਪੈਸ਼ਨ ਦੱਸ ਦੇ ਕਿ ਦੋਨੋਂ ਜੁੜਵਾ ਭਰਾ ਨੇ ਔਰ ਦੋਨੋਂ ਹੀ ਇੰਟਰਨੈਸ਼ਨਲ ਸ਼ੂਟਰ ਨੇ ਲੇਕਿਨ ਐਤ ਕੀ ਜਿਹੜਾ ਛੋਟਾ ਭਰਾ ਹੈ ਉਹ ਇੱਕ ਵਾਟ ਡੂ ਉਮੀਦ ਲੈ ਕੇ ਪੈरिस ਪਹੁੰਚਾ ਔਰ ਉਹਨਾਂ ਦੀ ਮਾਤਾ ਜੀ ਔਰ ਦੇ ਦਾਦੀ ਜੀ ਮੌਜੂਦ ਨੇ ਲੇਕਿਨ ਕੁਛ ਮੈਡਲ ਸਾਨੂੰ ਦਿਖਾਦਾ ਚਾਹੇ ਏਸ਼ੀਅਨ ਗੇਮਸ ਦਾ ਹੋਵੇ ਵਰਲਡ ਚੈਂਪੀਅਨਸ਼ਿਪ ਦਾ ਹੋਵੇ ਵਰਲਡ ਯੂਨੀਵਰਸਿਟੀ ਦੀ ਗੱਲ ਕਰੀਏ ਤਮਾਮ ਇੰਟਰਨੈਸ਼ਨਲ ਮੈਡਲ ਇਸ ਘਰ ਚ ਮੌਜੂਦ ਨੇ ਔਰ ਇਹੀ ਮੈਡਲ ਇੱਕ ਪਲੇਅਰ ਦਾ ਸਭ ਤੋਂ ਵੱਡਾ ਕਹਿ ਲਈ ਜੇ ਕਿ ਗਹਿਣਾ ਕਹ ਲੋ ਉਹ ਜਿਹੜੀ ਜ਼ਿੰਦਗੀ ਹੈ ਉਹਦਾ ਹਿੱਸਾ ਹੁੰਦੇ ਨੇ ਆਖਿਰ ਮਾਨਸਾ ਤੋਂ ਰਹਿਣ ਵਾਲੇ ਇਹ ਦੋਨੋਂ ਭਰਾ ਚੰਡੀਗੜ੍ਹ ਪਹੁੰਚੇ ਨੇ ਔਰ ਇੰਟਰਨੈਸ਼ਨਲ ਸ਼ੂਟਿੰਗ ਚ ਆਪਣੀ ਜਿਹੜੀ ਕਾਮਯਾਬੀ ਹੈ ਉਹਦਾ ਸਫ਼ਰ ਕਿਵੇਂ ਰਿਹਾ ਉਹਨਾਂ ਦੀ ਮਾਤਾ ਜੀ ਰਾਣੋ ਕੋਰ ਸਾਡੇ ਨਾਲ ਨੇ ਰਾਣੋ ਜਦੋਂ ਮੈਂ ਕਹਿੰਨਾ ਕਿ ਇੰਟਰਨੈਸ਼ਨਲ ਸ਼ੂਟਰ ਔਰ ਖਾਸ ਕਰ ਪੈਰੀਓਲੰਪਿਕ ਵਿੱਚ ਵਿਜੈ ਵਿਜੈ ਲਹਿਰਾਣ ਗਿਆ ਪ੍ਰਾਊਡ ਮੂਮੈਂਟ ਇੱਕ ਪੂਰੇ ਇੰਡੀਆ ਲਈ ਹੁੰਦਾ ਹੈ ਕਿ ਚਲੋ ਮੈਡਲ ਤਾਂ ਆਏਗਾ ਉਮੀਦ ਸਾਰੇ ਦੀ ਹੁੰਦੀ ਲੇਕਿਨ ਇਸ ਸਫ਼ਰ ਕਿਵੇਂ ਦਾ ਰਿਹਾ ਬਹੁਤ ਵਧੀਆ ਸੀ ਬਹੁਤ ਕਮਾਂਗੇ ਮਿਹਨਤ ਦੇ ਮਗਰ ਲੱਗੀ ਐ ਬਹੁਤ ਹਾਰਡ ਵਰਕ ਸੀ ਲੰਮਾ ਟਾਈਮ ਕੰਟੀਨਿਊਸਲੀ ਇੱਕ ਡੈਡੀਕੇਸ਼ਨ ਚਾਹੀਦੀ ਐ ਇਹਦੇ ਲਈ ਔਰ ਇੱਕ ਕੈਨੋ ਗੋਲ ਸੀ ਇੱਕ ਟੀਚਾ ਸੀ ਡੇ 1 ਤੋਂ ਹੀ ਜਦੋਂ ਤੋਂ ਸ਼ੂਟਿੰਗ ਕਰ ਰਿਹਾ ਸੀ ਤੇ ਵਧੀਆ ਲੱਗ ਰਿਹਾ ਬਹੁਤ ਕਿ ਐਟ ਲਾਸਟ ਉਹਨੇ ਜਿੱਥੇ ਉਹਨੇ ਸੋਚਿਆ ਸੀ ਉਹ ਪਾਰਟਿਸਪੇਸ਼ਨ ਲਈ ਗਿਆ ਹੋਇਆ ਤੁਹਾਡੇ ਦੋ ਜੁੜਵਾ ਬੈਠੇ ਨੇ ਦੋਨੋਂ ਸ਼ੂਟਰ ਨੇ ਇੰਟਰਨੈਸ਼ਨਲ ਛੋਟਾ ਵੀ ਵਿਜੇ ਛੋਟਾ ਵਿਜੇ ਉਹਦੇ ਤੇ ਕਦੋਂ ਸਟਾਰਟ ਹੋਇਆ ਸਫਰ ਮਾਨਸਾ ਦਾ ਤੁਸੀਂ ਰਹਿਣ ਆਲੇ ਹੋ ਮਤਲਬ ਤੁਹਾਡੇ ਇਨ-ਲਾਜ਼ ਮਾਨਸਾ ਦਾ ਹਾਂਜੀ ਮਾਨਸਾ ਤੋਂ ਆ ਇਹ ਕਹਿ ਸਕਦੇ ਆ ਆਰਾਊਂਡ 2011 12 ਤੋਂ ਇਹਨਾਂ ਨੇ ਸਟਾਰਟ ਕੀਤਾ ਸਟਾਰਟਿੰਗ ਚ 에ਅਰ ਰਾਈਫਲ ਕੀਤੀ ਸੀ ਇੱਕ ਤਰ੍ਹਾਂ ਦਾ ਕੋਈ ਸੋਚਿਆ ਨਹੀਂ ਸੀ ਜਿਵੇਂ ਸ਼ੌਂਕ ਨਾਲ ਤੇ ਉਹਦੇ ਚੰਨਾਂ ਨੇ ਅੱਛਾ ਕੀਤਾ ਮਤਲਬ ਸਟਾਰਟਿੰਗ 'ਚ ਜਦੋਂ ਉੱਥੇ ਸਕੂਲ ਗੇਮਸ ਔਰ ਨਾਉ ਦੇ ਵਿੱਚ ਪਾਰਟਿਸਪੀਸ਼ਨ ਕੀਤੀ ਤੇ ਉਹਦੇ ਚ ਹੀ ਇਹਨਾਂ ਨੇ ਪੋਜੀਸ਼ਨ ਲਈ ਡਿਸਾਈਡ ਹੋਇਆ ਕਿ ਸ਼ੂਟਿੰਗ ਕਰਨੀ ਨਹੀਂ ਐਸਾ ਕੁਝ ਸੋਚ ਕੇ ਨਹੀਂ ਕੀਤਾ ਇਸ ਤੋਂ ਪਹਿਲਾਂ ਇਹਨਾਂ ਨੇ ਹੋਰ ਗੇਮਸ ਵੀ ਕੀਤੀਆਂ ਜਿੱਦਾਂ ਸਟਾਰਟਿੰਗ 'ਚ ਕ੍ਰਿਕਟ ਖੇਡਦੇ ਸੀ ਫੁੱਟਬਾਲ ਕੀਤੀ ਐ ਸਕੇਟਿੰਗ ਕਰਦੇ ਰਹੇ ਐ ਸਕੇਟਿੰਗ ਸਟੇਟ ਲੈਵਲ ਤੱਕ ਖੇਡਦੇ ਰਹੇ ਔਰ ਜਿੱਤਦੇ ਵੀ ਰਹੇ ਐ ਉਸ ਤੋਂ ਬਾਅਦ ਪਤਾ ਨਹੀਂ ਕੀ ਮਨ ਚਾਇਆ ਵੀ ਅਸੀਂ ਬੌਕਸਿੰਗ ਕਰਨੀ ਐ ਬੌਕਸਿੰਗ ਕੀਤੀ ਪਰ ਉਸ ਤੋਂ ਬਾਅਦ ਜਦੋਂ ਰਾਈਫਲ ਦੀ ਗੱਲ ਹੋਈ ਤਾਂ 에어 ਰਾਈਫਲ ਜਿੰਦਾ ਦੇਖਿਆ ਸੀ ਮੈਨੂੰ ਲਪੋਣਾ ਚਾਹਵਿਕ ਸ਼ਾਇਦ ਕਿਸ ਨੂੰ ਦੇਖਿਆ ਸੀ ਕੋਈ ਪਲੇਅਰ ਰਾਈਫਲ ਲੈ ਕੇ ਆਇਆ ਹਾਂ ਉੱਥੇ ਹੀ ਮਤਲਬ ਸੀ ਇਹਨਾਂ ਦੇ ਸਕੂਲ 'ਚ ਹੀ ਸੀ ਕੋਈ ਹੋਰ ਸਟੂਡੈਂਟ ਤਾਂ ਉਹਨੂੰ ਇਹਨਾਂ ਨੇ ਦੇਖਿਆ ਸੀ ਤੇ ਇੱਕ ਕੋਈ ਉੱਥੇ ਟੀਚਰ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਤੁਸੀਂ ਟ੍ਰਾਈ ਕਰ ਸਕਦੇ ਆ ਤਾਂ ਫਿਰ ਉਸ ਤੋਂ ਬਾਅਦ 에어 ਰਾਈਫਲ ਨਾਲ ਟ੍ਰਾਈ ਕੀਤਾ ਤੇ ਕਿਉਂਕਿ ਆਪਣੀ ਰਾਈਫਲ ਇਹਨਾਂ ਕੋਲ ਨਹੀਂ ਸੀ ਕਿਸੇ ਹੋਰ ਪਲੇਅਰ ਤੋਂ ਰਾਈਫਲ ਲੈ ਕੇ ਇਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਉਹ ਸਟੇਟ ਲੈਵਲ ਤੇ ਉਹਦੇ ਵੀ ਨੇ ਮਤਲਬ ਵਿਨ ਨਹੀਂ ਕੀਤਾ ਉਸ ਪਹਿਲੀ ਵਾਰ ਤੇ ਉਸ ਤੋਂ ਬਾਅਦ ਫਿਰ ਥੋੜਾ ਮੋਟੀਵੇਸ਼ਨ ਮਿਲੀ ਤੇ ਫਿਰ ਥੋੜਾ ਕਹ ਲੋ ਸੀਰੀਅਸਲੀ ਸਟਾਰਟ ਕੀਤਾ ਤੇ ਮਤਲਬ ਜਿੱਥੇ ਵੀ ਗਏ ਵਿਨ ਕਰਦੇ ਰਹੇ ਨਹੀਂ ਉਹ ਜਦੋਂ ਪਤਾ ਲੱਗਿਆ ਉਹ ਸ਼ੂਟਿੰਗ 'ਚ ਕ੍ਰੇਜ਼ ਹੋ ਗਿਆ ਇਹ ਮਹਿੰਗਾ ਗੇਮ ਹੈ ਨਾ ਰਾਈਫਲਸ ਕਾਰਟਿਜ ਤਾਂ ਤੁਸੀਂ ਨਹੀਂ ਕਿਹਾ ਵੀ ਬੇਟਾ ਹੋਰ ਕੋਈ ਗੇਮ ਖੇਡੋ ਨਹੀਂ 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 ਐਕਚੁਅਲੀ ਜੇ ਸੈਇਦ ਅਸਮ ਮੈਨੂੰ ਤਾਂ ਇਹ ਪਤਾ ਵੀ ਨਹੀਂ ਸੀ ਵੀ ਇਹ ਇੱਕ ਮਹਿੰਗੀ ਗੇਮ ਹੈ ਸਟਾਰਟਿੰਗ ਚ ਐਸਾ ਕੁਝ ਪਤਾ ਵੀ ਨਹੀਂ ਸੀਗਾ ਤੇ ਨਹੀਂ ਸੋਚਿਆ ਸੀ ਇਸ ਤਰ੍ਹਾਂ ਦਾ ਵੀ ਮਹਿੰਗੀ ਹੈ ਜਾਂ ਸਸਤੀ ਹੈ ਕਿਦਾਂ ਕਿ ਠੀਕ ਹੈ ਜੀ ਬੱਚਿਆਂ ਦਾ ਇੰਟਰਸਟ ਹੈ ਬੱਚੇ ਮਤਲਬ ਵਿਨ ਕਰ ਰਹੇ ਆ ਖੇਡ ਰਹੇ ਆ ਵਧੀਆ ਤਾਂ ਉਹਨਾਂ ਨੂੰ ਖੇਡਣਾ ਹੀ ਚਾਹੀਦਾ ਫਾਦਰ ਦਾ ਵੀ ਡ੍ਰੀਮ ਸੀ ਇਹਨਾਂ ਦੇ ਫਾਦਰ ਬਿਲਕੁਲ ਬਿਲਕੁਲ ਉਹ ਇੱਕ ਪਲੇਅਰ ਵੀ ਸੀ ਫਿਜ਼ੀਕਲ ਐਜੂਕੇਸ਼ਨ ਨਾਲ ਹੀ ਉਹ ਜੁੜੇ ਹੋਏ ਸੀ ਸਪੋਰਟਸ ਨਾਲ ਜੁੜੇ ਹੋਏ ਸੀ ਤਾਂ ਉਹਨਾਂ ਨੂੰ ਬਹੁਤ ਕਹ ਲੋ ਕ੍ਰੇਸੀ ਖੁਦ ਵੀ ਉਹ ਮਤਲਬ ਖੇਡਦੇ ਸੀ ਤੇ ਸਪੋਰਟਸ 'ਚ ਹੀ ਉਹਨਾਂ ਦਾ ਇੰਟਰਸਟ ਸੀ ਤੇ ਜਦੋਂ ਮੈਂ ਉਹਨਾਂ ਨੂੰ ਪੜਾਉਣਾ ਵੀ ਸ਼ਾਮ ਨੂੰ ਤੇ ਉਹਨਾਂ ਦੇ ਪਾਪਾ ਨੂੰ ਇਹੀ ਹੁੰਦਾ ਸੀ ਕਿ ਇਹ ਟਾਈਮ ਹੈ ਜਿਹੜਾ ਇਹਨਾਂ ਦਾ ਖੇਡਣ ਦਾ ਟਾਈਮ ਹੈ ਕਿਉਂਕਿ ਸਕੂਲ ਪੜਾਏ ਤਾਂ ਉਹ ਮਤਲਬ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਆਪਣਾ ਜਿਹੜਾ ਗੇਮ ਹੈ ਉਹ ਕਰ 24 ਚ ਕੋਟਾ ਹਾਸਿਲ ਕੀਤਾ ਸੀ ਵਿਜੇ ਨੇ ਜਕਾਰਤਾ 'ਚ 올림픽 ਕੋਟਾ ਉਸ ਤੋਂ ਬਾਅਦ ਕੀ ਕਿਹਾ ਕਿ ਹੁਣ 올림픽 ਤੇ ਦੋ ਮਿਲ ਜੇ ਤੇ ਹੁੰਦੇ ਇਹ ਵੀ 올림픽 ਹਿੱਡਣ ਜਾਣਾ ਹੈ ਨਹੀਂ ਨਹੀਂ ਕੋਟਾ ਬੇਸ਼ੱਕ ਵਿਨ ਕੀਤਾ ਸੀ ਪਰ ਇਹ ਪਤਾ ਸੀ ਕਿ ਅਜੇ ਇਹ ਕਹ ਲੋ ਕਿ ਅਜੇ ਡਿਸਾਈਡ ਨਹੀਂ ਹੋਇਆ ਡਿਸਾਈਡ ਨਹੀਂ ਹੋਇਆ ਕਿਉਂਕਿ ਕੋਟਾ ਤਾਂ ਹਾਂ ਇਹ ਪਲੇਅਰ ਨੂੰ ਨਹੀਂ ਮਿਲਦਾ ਕੋਟਾ ਕੰਟਰੀ ਨੂੰ ਜਾਂਦਾ ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਇੱਕ ਤਰ੍ਹਾਂ ਦਾ ਟੈਨਸ਼ਨ ਕ੍ਰੀਏਟ ਹੋ ਗਈ ਸੀ ਅਹ ਟੈਂਸ਼ਨ ਇਨ ਦਾ ਸੈਂਸ ਕੇ ਸੀਗਾ ਕਿ ਹੁਣ ਇਸ ਤੋਂ ਬਾਅਦ ਜਿਹੜੇ ਟ੍ਰਾਇਲ ਆ ਉਹ ਵੀ ਵਿਨ ਕਰਨੇ ਆ ਤਾਂ ਹੋਰ ਵੀ ਹਾਰਡ ਸੀ ਕੋਟਾ ਵਿਨ ਕਰਨ ਤੋਂ ਬਾਅਦ ਸੋ ਚਲੋ ਵਧੀਆ ਰਿਹਾ ਕਿ ਉਹਨੇ ਟ੍ਰਾਇਲਸ ਜਿਹੜੇ ਆ ਉਹ ਕਲੀਅਰ ਕੀਤੇ ਤੇ ਐਟ ਲਾਸਟ ਉਹਨੇ ਆਪਣੀ ਜਗ੍ਹਾ ਬਣਾਈ 올림픽 ਜਾਣ ਤੋਂ ਪਹਿਲਾਂ ਇਹ ਹੁਣ ਵੀ ਗੱਲ ਤਾਂ ਹੁੰਦੀ ਹੁੰਦੀ ਹਣੀ ਕੀ ਤੁਹਾਨੂੰ ਨਜ਼ਰ ਆਇਆ ਕੌਨਫੀਡੈਂਸ ਲੈਵਲ ਬੌਥਿਕ ਪਲੇਅਰ ਦਾ ਅਪ ਹੁੰਦਾ ਹਾ ਨੋ ਰੌ ਤੋਂ ਕੌਨਫੀਡੈਂਟ ਰਿਹਾ ਆਲਵੇਜ਼ ਰਿਹਾ ਮੈਕੋਂਗੀ ਕਿਉਂ ਟਫ ਹੈਡਿਡ ਹੈ ਜਿਹੜੀ ਕਿ ਉਹਦੀ ਕਹੋ ਪਲੱਸ ਪੁਆਇੰਟ ਕਾਫੀ ਡਟਰਮਾਈਂਡ ਹੈ ਅ ਅ ਇੱਕ ਤਰ੍ਹਾਂ ਦਾ ਮੈਕੋਂਗੀ ਗੀਓ ਸੋਚ ਕੇ ਹੀ ਇਹੀ ਚੱਲਿਆ ਸੀ ਕਿ ਮੈਂ 올림픽ਸ ਤੇ ਜਾਣਾ ਕਿਉਂਕਿ ਉਹਦਾ 9th ਦੀ ਇੱਕ ਸਕੂਲ ਦੀਆਂ ਜਿੱਦਾਂ ਬੁੱਕਸ ਹੁੰਦੀਆਂ ਆ ਉਹਦੇ ਵਿੱਚ ਉਹਨਾਂ ਨੂੰ ਐਕਟੀਵਿਟੀ ਬੁੱਕ ਹੁੰਦੀਆਂ ਤਾਂ ਉਹ ਮੈਂ ਸੰਭਾਲ ਕੇ ਵੀ ਰੱਖਿਆ ਉਹਦੇ 'ਚ ਉਹਨੇ ਲਿਖਿਆ ਹੋਇਆ ਜਿੱਦਾਂ ਵੀ ਤੁਹਾਡਾ ਹੌਬੀ ਕੀ ਆ ਜਾਂ ਸ਼ੌਂਕ ਕੀ ਆ ਏਮ ਕੀ ਆ ਤਾਂ ਉਹਨੇ სპੋਰਟਸ ਲਿਖਿਆ ਸ਼ੂਟਿੰਗ ਉਹਦੋਂ ਕਰ ਹੀ ਰਿਆ ਸੀਗਾ ਤਾਂ ਉਹਦੇ 'ਚ ਉਹਨੇ ਲਿਖਿਆ ਹੋਇਆ ਕਿ ਮੇਰਾ ਜਿਹੜਾ ਗੋਲ ਹੈ ਉਹ ਹੈਗਾ 올림픽ਸ ਵਿਨ ਕਰਨਾ 9th ਕਲਾਸ 'ਚ ਸੀ ਜਿਸ ਉਨੇ ਲਿਖੀ ਹੋਈ ਸੀ ਤਾਂ ਉਹਦੋਂ ਤੋਂ ਮਤਲਬ ਮੈਂ ਅੱਜ ਤੱਕ ਉਹਦੇ ਨਾਲ ਗੱਲ ਨਹੀਂ ਕੀਤੀ ਉਹਨੂੰ ਮੈਂ ਸੰਭਾਲ ਕੇ ਵੀ ਰੱਖਿਆ ਹੋਇਆ ਤਾਂ ਉਦੋਂ ਮਤਲਬ ਮੈਨੂੰ ਇਹ ਲੱਗਦਾ ਵੀ ਹਾਂ ਉਹ ਬਹੁਤ ਡਟਰਮਾਈਂਡ ਸੀਗਾ ਇਸ ਚੂਸਲੀ ਤੇ ਕਿਉਂਗੀ ਸ਼ੂਟਿੰਗ ਹੈ ਜੀ ਗੇਮ ਹੈ ਪ੍ਰੈਕਟਿਸ ਹੈ ਨਾ ਪ੍ਰੈਕਟਿਸ ਫੋਕਸਡ ਕਾਮ ਜੋ ਜਿੱਦਾ ਜ਼ਿਕਰ ਕਰ ਰਹੇ ਸੀ ਵੀ ਬਾਕੀ ਗੇਮਾਂ ਤੋਂ ਇੱਕ ਅਲੱਗ ਹਟਕੇ ਪਲੇਅਰ ਹੁੰਦਾ ਉਹੀ ਸਾਰੀ ਖੂਬੀਆਂ ਨਹੀਂ ਨਾ ਨਹੀਂ ਗੋਂਗੀ ਕਿਉਂ ਪੂਰੀ ਤਰਾ ਉਹ ਬਬਲੀ ਹੈ ਬਹੁਤ ਚੁਲਬਲੇ ਬਹੁਤ ਜਾਰੇ ਤੇ ਪਰ ਇਹ ਵੀ ਹਾਂ ਉਹ ਐਫ ਫੌਕਸਡ ਹੈ ਫੋਕਸਡ ਹੈ ਤੇ ਮੈਨੂੰ ਕਹੋਗੇ ਕਿ ਥੋੜਾ ਉਹਨੂੰ ਇਹ ਨਹੀਂ ਹੈ ਕਿ ਉਹਦਾ ਬ੍ਰੇਨ ਹੈ ਸਟੱਡੀ ਚ ਅੱਛਾ ਸੀ ਬਹੁਤ ਅੱਛਾ ਹੈ ਉਹ ਪਰ ਉਹਨੂੰ ਇਹ ਲੱਗਦਾ ਸੀ ਵੀ ਸਟੱਡੀ ਕਰਨ ਨਾਲੋਂ ਮੈਨੂੰ ਖੇਡਣਾ ਜ਼ਿਆਦਾ ਈਜ਼ੀ ਹੈ ਕਹ ਲਓ ਜਾਂ ਮੈਂ ਮੈ ਜੋ ਕਰਨਾ ਹੈ ਮੈਂ ਸਪੋਰਟਸ ਚਿਕਨ ਉਹ ਇਸ ਗੱਲ ਲਈ ਉਹਨੇ ਸੋਚਿਆ ਹੋਇਆ ਸੀ ਉਹਦਾ ਮਨ ਬਣਿਆ ਹੋਇਆ ਸੀ ਅੱਛਾ ਕਈ ਵਾਰ ਇਹ ਹੁੰਦਾ ਨਾ ਕਿ ਅਸੀਂ ਕਈ ਵਾਰ ਪਲੇਅਰਾਂ ਨੂੰ ਪੁੱਛਦੇ ਹਾਂ ਉਹ ਕਹਿੰਦੇ ਜੀ ਗਰਾਊਂਡ ਉਤਰਨ ਤੋਂ ਪਹਿਲਾਂ ਕ੍ਰਿਕਟਰਸ ਵੀ ਅਸੀਂ ਰਾਈਟ ਸ਼ੂਜ਼ ਪਾਣਾ ਹੈ ਕਈ ਪਲੇਅਰ ਮੈਂ ਦੇਖਿਆ ਆਪਣੇ ਨਾਲ ਕੋਈ ਆਪਣੀ ਇੱਕ ਚਾਹ ਜਿਹਾ ਵੀ ਹੋਏ ਕੋਈ ਅ ਗੁਟਕਾ ਸਾਹਿਬ ਐ ਨਾ ਯਾ ਕੋਈ ਗੀਤਾ ਵੀਜੇ ਨਾਲ ਕੋਈ ਏਦਾਂ ਦੀ ਚੀਜ਼ ਨਹੀਂ ਬਿਲਕੁਲ ਨਹੀਂ ਹੈ ਮੇਰੇ ਨੋਟਿਸ ਚ ਨਹੀਂ ਐਟ ਲੀਸਟ ਉਹਦੇ ਮਨ ਚ ਕੁਝ ਹੋਵੇ ਦਾ ਮੈਕੈਨਿਕ ਸਕਦੀ ਅ ਐਸਟਨ ਦਾ ਕੁਝ ਵੀ ਨਹੀਂ ਬਿਲਕੁਲ ਵੀ ਨਹੀਂ ਛੋਟਾ ਭਰਾ ਵੱਡਾ ਭਰਾ ਦਾ ਜਿਹੜਾ ਵੀ ਦੋਨੋਂ ਭਰਾ ਜਾਂਦੇ ਇਸ ਗੱਲ ਹੁੰਦੀ ਹੈ ਨਾ ਵੀ ਉਹ ਵੀ 올림픽 ਜਾਂਦਾ ਇੱਕ ਦੂਜੇ ਦੇ ਸਪੋਰਟ ਕਾਫੀ ਕਰਦੇ ਨੇ ਨਾ ਟੈਕਨੀਕਲੀ ਗੱਲਾਂ ਕਰਦੇ ਹੁਣੇ ਘਰ ਚ ਸ਼ੂਟਿੰਗ ਦੀ ਸਕੋਰ ਦੀ ਉਹ ਮੈਥਮੈਟਿਕ ਸਮਝ ਆਉਂਦਾ ਤੁਹਾਨੂੰ ਆ ਹਾਂ ਕਾਫੀ ਹੱਦ ਤੱਕ ਉਹਨਾਂ ਦੇ ਪਰ ਇਹ ਆ ਕੇ ਉਹ ਕਰ ਸ਼ੂਟਿੰਗ ਦੀ ਗੱਲ ਨਹੀਂ ਗੰਦੇ ਬਿਲਕੁਲ ਨਹੀਂ ਕਰਦੇ ਜੇ ਅਸੀਂ ਵੀ ਸ਼ੂਟਿੰਗ ਦੀ ਕੋਈ ਗੱਲ ਛੇੜਾਂਗੇ ਤਾਂ ਉਹ ਕਹਿ ਦਿੰਦੇ ਅਸੀਂ ਛੁੱਟੀਆਂ ਤੇ ਆਏ ਹੋਏ ਆ ਪਲੀਜ਼ ਕੋਈ ਹੋਰ ਗੱਲ ਕਰੋ ਸ਼ੂਟਿੰਗ ਅਸੀਂ ਉੱਥੇ ਰੇਂਜ ਤੇ ਜਾਂ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਿਰਫ ਸ਼ੂਟਿੰਗ ਹੁੰਦੀ ਆ ਤੇ ਸ਼ੂਟਿੰਗ ਤੋਂ ਹਟ ਕੇ ਸਾਡੇ ਨਾਲ ਕੋਈ ਗੱਲ ਕਰੋ ਮੈਂ ਉਹਨਾਂ ਨੂੰ ਘਰ ਵੀ ਬਹੁਤ ਰੇਅਰ ਹੂਆ ਮਤਲਬ ਐਟ ਲੀਸਟ ਫੈਮਿਲੀ ਚਾ ਸਾਡੇ ਸਾਹਮਣੇ ਉਹਨਾਂ ਨੇ ਕਦੇ ਡਿਸਕਸ ਨਹੀਂ ਕੀਤਾ ਹੋ ਸਕਦਾ ਹੈ ਵੀ ਉਹ ਰੇਂਜ ਤੇ ਜਿੱਥੇ ਜਦੋਂ ਉਹ ਆਪਣਾ ਟ੍ਰੇਨਿੰਗ ਵਗੈਰਾ ਕਰ ਰਿਹਾ ਤਾਂ 노 ਡਾਊਟ ਉਹ ਡਿਸਕਸ ਕਰਦੇ ਆ ਇਸ ਗੱਲ 'ਚ ਮਤਲਬ ਕੋਈ ਦੋਰਾ ਨਹੀਂ ਨਰਾਮ ਨਹੀਂ ਹੈ ਕਿ ਉਹ ਡਿਸਕਸ ਕਰਦੇ ਆ ਪਰ ਉਹ ਫੈਮਿਲੀ ਟਾਈਮ 'ਚ ਸਾਡੇ ਸਾਹਮਣੇ ਡਿਸਕਸ ਬਿਲਕੁਲ ਨਹੀਂ ਕਰਦੇ ਸ਼ੂਟਿੰਗ ਦਾਦੀ ਜੀ ਤੁਸੀਂ ਵੀ ਆ ਜਾਓ ਜੀ ਦੋ ਤੁਹਾਡੇ ਤੋਂ ਵੀ ਗੱਲਾਂ ਪੁੱਛ ਲੈ ਕਿਉਂਕਿ ਤੁਹਾਨੂੰ ਵੀ ਕਾਫੀ ਨੌਲੇਜ ਹੈ ਸ਼ੂਟਿੰਗ ਦੀ ਔਰ ਵਾਕਈ ਹੋਣੇ ਵੀ ਜਿਸ ਫੈਮਿਲੀ 'ਚ ਐਡੇ ਵੱਡੇ ਸ਼ੂਟਰ ਹੋਣ ਤਾਂ ਪਰਿਵਾਰ ਦੀ ਨੌਲੇਜ ਤਾਂ ਹੋਣੀ ਜ਼ਰੂਰੀ ਹੈ ਕੀ ਨਾਮ ਹੈ ਜੀ ਤੁਹਾਡਾ ਸੁਖਿੰਦਰ ਜੀ ਸਾਡੇ ਥੋੜਾ ਪੋਤਾ ਇਸ ਟਾਈਮ ਇਹ ਜੀ ਜਗਾ ਹੈ ਕਿ ਪੂਰੀ ਦੁਨੀਆ ਦੀ ਨਜ਼ਰ ਹੈ ਹੈਨਾ ਤੇ ਮੈਚ ਤਾਂ ਤੁਸੀਂ ਦੇਖੋਗੇ ਉਹਨਾਂ ਦਾ ਨੇਚਰ ਮੈਂ ਹਰ ਮੈਚ ਉਹਨਾਂ ਦੇ ਨਾਲ ਹੀ ਜਾਂਦੀ ਸੀ ਜਿੱਥੇ ਵੀ ਜਾਂਦੇ ਸੀ ਕਿਉਂਕਿ ਕਿਆ ਉਹ ਕਿਤੇ ਜਾਉਂਦਾ ਤੇ ਸੀ ਨਾ ਛੁੱਟੀ ਲੈਣ ਦੀ ਪ੍ਰੋਬਲਮ ਸੀ ਤਾਂ ਮੈਂ ਕਿਤੇ ગયો ਮੈਂ ਹਰ ਥਾਂ ਤੇ ਜਿੱਥੇ ਕੋ ਨੇ ਵੀ ਗਿਆ ਤੁਹਾਡਾ ਰੂਲਿੰਗ ਦਾ ਮਤਲਬ ਪਪਾ ਹਲਕਾ ਕੇਰਲਾ ਹਰ ਥਾਂ ਤੇ ਮਤਲਬ ਇੱਥੇ ਵੀ ਉਹ ਜਾਂਦੇ ਸੀ ਛੋਟੇ ਸੀ ਤਾਂ ਮੈਂ ਨਾਲ ਹੀ ਜਾਂਦੀ ਸੀ ਹੋਣ ਥੋੜੇ ਬੱਟੇ ਹੋ ਗਏ ਤਾਂ ਨਕਤ ਏ ਤੁਹਾਨੂੰ ਕਦੇ ਲੱਗਿਆ ਵੀ ਇਹ 올림픽 ਜਾਏਗਾ ਇਹ ਗੁੰਦਰ ਸਭ ਦਾ ਸੁਪਨਾ ਹੁੰਦਾ ਸੀ ਕੰਫੀਡੈਂਸ ਹੁੰਦਾ ਵੀ ਹਾਂ ਇਹ ਮੁੰਡਾ ਹੁਣ ਜਾਏਗਾ ਇਹਦਾ ਸੁਪਨਾ ਤਾਂ ਸੀ ਕਿ ਦੋਨੇ ਟੀਮ ਚ ਜਾਣ ਇਹ ਅਜੇ ਦੂਰਾ ਹੈ ਅਗਲੇ 올림픽 ਚ ਦੋਨੇ ਜਾਣ ਓਕੇ ਮੈਂ ਲੇ ਕੇ ਬੜੇ ਸੰਭਾਲ ਕੇ ਰੱਖਦੇ ਹਾਂ ਤੁਸੀਂ ਮੈਡਲ ਉਹਨਾਂ ਦੇ ਜੋ ਆ ਤਿੰਤੇ ਗਾਲ ਵਿਚ ਤੇ ਫੋਨ ਹੱਕਤੇ ਹਰ ਚੀਜ਼ ਮਤਲਬ ਉਹਦੀ ਮੇਰੀ ਸੰਭਾਲ ਕੇ ਰੱਖੀ ਹੋਈ ਸੱਸਾ ਸ਼ੇਅਰ ਕਰੋਗੇ ਕਿ ਮੈਡਲ ਦੋ ਨਹੀਂ ਜਾਂ 올림픽 ਜਾਣ ਤੋਂ ਪਹਿਲਾਂ ਤੁਸੀਂ ਕੁਝ ਕਿਹਾ ਹੋਏ ਭਾਵੇਂ ਮੇਰੀ ਬੇਟੀ ਨੇ 에어ਪੋਰਟ ਤੇ ਚੜ੍ਹ ਗਈ ਸੀ ਛੋਟੇ ਛੋਟੇ ਸੀ ਮੇਰੇ ਨਾਲ ਹੀ ਸੀਗੇ ਤੇ ਜਦੋਂ ਅਸੀਂ 에어ਪੋਰਟ ਦੇ ਉੱਪਰ ਹੀ ਠਾ ਰਹੇ ਸੀ ਤੇ ਉੱਥੇ ਢੋਲ ਵੱਜ ਰਿਹਾ ਸੀ ਦਿੱਲੀ 에어ਪੋਰਟ ਅੱਛਾ ਨਹੀਂ ਕਿਉਂਕਿ 에어ਪੋਰਟ ਤੇ ਵੀ ਮਤਲਬ ਢੋਲ ਕਿਉਂ ਵੱਜ ਰਿਹਾ ਕਹਿੰਦੇ ਖੜਚਾ ਦਾਦੀ ਮਮਾ ਮੈਂ ਦੇਖ ਕੇ ਆ ਕਿ ਮੈਨੂੰ ਕਹਿੰਦੇ ਕੋਈ ਪਲੇਅਰ ਬਾਹਰੋਂ ਖੇਡ ਕੇ ਆਇਆ ਮੈਡਲ ਜਿੱਤ ਕੇ ਆਇਆ ਮੈਂ ਕਿਹਾ ਕਿੰਨੇ ਕਿਸਮਤ ਵਾਲੇ ਆ ਉਹਨਾਂ ਦੇ ਮਾਪੇ ਕੰਦੇ ਕਿੱਡੀਕ ਗੱਲ ਐ ਅਸੀਂ ਵੀ ਜਿੱਤਾਂਗੇ ਪਰ ਸ਼ਰਤ ਇਹ ਸਾਨੂੰ ਵੀ ਢੋਲ ਪਾ ਕੇ ਆਉਣਾ ਪਊਗਾ ਚਲੋ ਲੈ ਕੇ ਜੀ ਤੋ ਹੈ ਢੋਲ ਤਾਂ ਵੱਜਣਗੇ ਔਰ ਵੱਡੇ ਵੱਡੇ ਢੋਲ ਵੱਜਣਗੇ ਉਮੀਦ ਹੈ ਆਜ ਮੇਰੇ ਤਾਂ ਕੋਣ ਰੱਖਦਾ ਮਤਲਬ ਦੋਨੇ ਰੱਖਦੇ ਹੋਣੇ ਪਰ ਫੇਵਰਿਟ ਡਿਸ਼ ਹਾਂ ਦੋਨੇ ਹੀ ਰੱਖਦੇ ਹਾਂ ਜ਼ਿਆਦਾਤਰ ਫਿਰ ਮੈਂ ਘਰ ਹੁੰਨੀ ਆ ਤਾਂ ਮੈਨੂੰ ਥੋੜਾ ਬੰਦ ਵੀ ਰੱਖਣਾ ਪੈਂਦਾ ਹੈ ਜਾਂ ਮੈਂ ਉਹਨਾਂ ਦੇ ਨਾਲ ਵੀ ਰਹਿੰਦੀ ਸੀ ਉੱਥੇ ਅਸੀਂ ਮੈਂ ਤਾਂ ਦਿੰਦੀ ਰੇਂਜ ਤੇ ਅਸੀਂ ਰੈਂਟਰ ਤੇ ਮਕਾਨ ਵੀ ਲਿਆ ਸੀ ਨਾ ਉਕਤ ਜਿਸੀ ਲਗਾਤਾਰ ਰਹਿੰਦੇ ਸੀ ਤਾਂ ਤਿੰਨ ਹੀ ਰਹਿੰਦੇ ਸੀ ਪ੍ਰੈਕਟਿਸ ਕਰਦੇ ਸੀ ਦਿੱਤੋ ਬਹੁਤ ਬਹੁਤ ਸ਼ੁਕਰੀਆ ਕਿ ਹੁਣ ਮੈਡਲ ਜਿੱਤ ਕੇ ਆਏ ਤਾਂ ਢੋਲ ਵੱਜਣਗੇ ਔਰ ਵੱਡੇ ਢੋਲ ਵੱਜਣਗੇ ਤਾਂ ਸੀਗੇ ਵਿਜੈ ਦੇ ਫੈਮਲੀ ਉਹਨਾਂ ਦੇ ਦਾਦੀ ਉਹਨਾਂ ਦੇ ਮਦਰ ਔਰ ਇਹ ਜਿਹੜੇ ਮੈਡਲਸ ਨੇ ਇਹਨਾਂ ਵਿੱਚ ਇੱਕ ਮੈਡਲ 올림픽 ਦਾ ਸੁਪਨਾ ਸੀ ਉਹ ਜ਼ਰੂਰ ਪੂਰਾ ਹੋਏ ਇਹ ਹੀ ਉਮੀਦ ਹੈ ਔਰ ਉਮੀਦ ਤੇ ਹੀ ਪੂਰੀ ਦੁਨੀਆ ਕਾਇਮ ਹੈ ਵੀਡੀਓ ਜਨ ਲਈ ਸੰਦੀਪ ਦੇ ਨਾਲ Umesh Sharma News 18 ਚੰਡੀਗੜ੍ਹ